ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬਲੇ ਤੁਹਾਡੇ ਘਰ ਜੇਕਰ ਲੜਾਈ ਝਗੜੇ ਹੁੰਦੇ ਨੇ ਪੈਸੇ ਕਮਾਉਣ ਦੇ ਬਾਅਦ ਵੀ ਘਰ ਵਿੱਚ ਪੈਸਾ ਤਨ ਨਹੀਂ ਆਉਂਦਾ ਤਾਂ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਸਾਰ ਸੰਗਾ ਜੀ ਆਪਣੇ ਜੀਵਨ ਦੇ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਮਾਇਨੇ ਰੱਖਦੀਆਂ ਨੇ ਆਪਾਂ ਕੁਝ ਐਵੇਂ ਦੀਆਂ ਗਲਤੀਆਂ ਕਰ ਬੈਠਦੇ ਆਂ ਜਿਸ ਕਾਰਨ ਫਿਰ ਆਪਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਗਲ ਗਲ ਤੇ ਘਰ ਵਿੱਚ ਕਲੇਸ਼ ਹੁੰਦਾ ਰਹਿੰਦਾ ਤਾਂ ਇਹ ਕੁਝ ਚੀਜ਼ਾਂ ਹਮੇਸ਼ਾ ਯਾਦ ਰੱਖੋ ਜੇ ਕਿਸੇ ਦਾ ਹੱਥ ਵਿੱਚ ਪੈਸਾ ਨਹੀਂ ਟਿਕਦਾ ਹੱਥ ਟਾਈਟ ਹੋਵੇ ਸਿਰ ਤੇ ਬੜਾ ਜ਼ਿਆਦਾ ਕਰਜ਼ਾ ਹੋਵੇ ਤਾਂ ਵੇਖੋ ਅੰਮ੍ਰਿਤਸਰ ਦੇ ਕੁਝ ਦੁਕਾਨਦਾਰ ਨਾ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ پاس ਪਹੁੰਚੇ ਸਨ ਮੇ ਸਾਡਾ ਕੰਮ ਕਾਰ ਨਹੀਂ ਚੱਲਦਾ ਰੋਟੀ ਟੋਕਦਾ ਵੀ ਬੜਾ ਔਖਾ ਹੋਇਆ ਪਿਆ ਤਾ ਪਾਸ਼ਾ ਗੁਰੂ ਦੇਵ ਜੀ ਨੇ ਕਹਿੰਦੇ ਸਨ ਕਿ ਤੁਸੀਂ ਗੁਰਦੁਆਰੇ ਜਾਂਦੇ ਹੋ ਉਹਨਾਂ ਸਵਾਲ ਕੀਤਾ ਤਾਂ ਕੋ ਦੁਕਾਨਦਾਰਾ ਨੇ ਕਿਹਾ ਨਹੀਂ ਪਾਸ਼ਾ ਗੁਰਦੁਆਰੇ ਤਾਂ ਨਹੀਂ ਜਾਂਦੀ ਅਸੀਂ ਤਾਂ ਪਾਸ਼ਾ ਨੇ ਉਸ ਸਮੇਂ ਬੜੀ ਵੱਡੀ ਗੱਲ ਕੀਤੀ ਜਿਸ ਮਾਇਆ ਪਿੱਛੇ ਭੱਜਦੇ ਹੋਣਾ ਇਹ ਗੁਰੂ ਰਾਮਦਾਸ ਜੀ ਦੇ ਦਰ ਦੀ ਦਾਸੀ ਜੋ ਅੰਮ੍ਰਿਤ ਵੇਲੇ ਉੱਠ ਰੋਜ਼ ਇਸ਼ਨਾਨ ਕਰ ਆਸਾ ਕੀ ਵਾਰਦਾ ਪਾਠ ਕਰੇਗਾ ਉਸ ਦੀਆਂ ਸਭ ਆਸਾ ਪੂਰਨ ਹੋਣਗੀਆਂ ਕਿਉਂਕਿ ਬਾਣੀ ਸਭ ਆਸਾ ਪੂਰਨ ਕਰਦੀ ਤੇ ਮਨੁੱਖ ਦਾ ਬਾਣੀ ਸੁਣਨ ਨਾਲ ਆਚਰਣ ਵੀ ਉੱਚਾ ਹੋਵੇਗਾ ਇਹ ਬਾਣੀ ਅਧਿਆਤਮਿਕ ਗਿਆਨ ਦਾ ਸਮੁੰਦਰ ਇਹ ਖਜ਼ਾਨੇ ਇਹ ਬਾਣੀ ਮਾਨ ਦੀਆਂ ਵਾ ਇੱਛਾਵਾਂ ਪੂਰੀਆਂ ਕਰਨ ਵਾਲੀ ਬਾਣੀ ਤੇ ਬਾਣੀ ਪੜਨ ਨਾਲ ਤੁਸੀਂ ਹਰੇਕ ਸਵਾਲ ਦਾ ਜਵਾਬ ਸਹਿਜ ਭਾਵ ਨਾਲ ਦੇ ਸਕਦੇ ਮਨੁੱਖ ਫੈਸਲੇ ਲੈਣ ਪ੍ਰਤੀ ਇੰਨਾ ਸਮਰਥ ਹੋ ਜਾਵੇਗਾ ਕਿ ਉਸ ਦਾ ਹਰੇਕ ਕੰਮ ਫਿਰ ਬਿਨਾਂ ਅੜੇ ਸੋਨਾ ਨਿਪਰੇ ਚੜੇਗਾ ਇਸ ਲਈ ਜੋ ਆਸਾ ਕੀ ਵਾਰ ਦਾ ਅੰਮ੍ਰਿਤ ਵੇਲੇ ਪਾਠ ਕਰੇਗਾ ਤੇ ਉਹਦੇ ਸਭ ਦੁੱਖ ਤੇ ਦਰਦ ਦੂਰ ਹੋਣਗੇ ਕਰਜ਼ਾ ਦੂਰ ਹੋਏਗਾ ਤੇ ਗਰੀਬੀ ਦੂਰ ਹੋਏਗੀ ਤੇ ਇਹ ਪਾਠ ਸਵੇਰੇ 7 ਵਜੇ ਤੋਂ ਪਹਿਲਾਂ ਕਰਨਾ ਜੋ ਐਵੇਂ ਕਰੇਗਾ ਉਹਦੇ ਸਭ ਦੁੱਖ ਦੂਰ ਹੋਣਗੇ